ਸਤਿ ਸ਼੍ਰੀ ਅਕਾਲ, ਮੇਰਾ ਨਾਮ ਪਕਪਕ ਦੀਪਕ। ਕੱਲ ਹਰ ਇੱਕ ਇਨਸਾਨ, ਹਰ ਇੱਕ ਪੰਜਾਬੀ ਇਹੀ ਦੁਆ ਕਰ ਰਿਹਾ ਸੀਗਾ, ਫਤਿਹ ਸਿੰਘ ਜਲਦੀ ਨਾਲ ਬਾਹਰ ਆਵੇ, ਆਪਣੀ ਮਾਂ ਦੀ ਗੋਦੀ 'ਚ ਜਾਵੇ, ਖੇਡੇ, ਘਰਦਿਆਂ ਨੂੰ ਸਕੂਨ ਮਿਲੇ। 2 ਸਾਲ ਦਾ ਫਤਿਹ ਵੀਰ, ਕੱਲ੍ਹ ਉਹਦਾ ਜਨਮ ਦਿਨ, 5 ਦਿਨ ਬੋਰ 'ਚ ਫਸਿਆ ਰਿਹਾ ਔਰ ਅਸੀਂ ਉਹਨੂੰ ਬਚਾ ਨਹੀਂ ਸਕੇ। ਸ਼ਰਮ ਆਉਣੀ ਚਾਹੀਦੀ ਹੈ। ਔਰ ਜੇ ਜਿਹੜਾ ਗੁੱਸਾ ਮੇਰੇ ਅੰਦਰ ਹੈ ਨਾ, ਮੇਰੇ ਅੰਦਰ ਨਹੀਂ, ਹਰ ਇੱਕ ਪੰਜਾਬੀ ਦੇ ਅੰਦਰ ਹੈ, ਕਿਉਂ ਨਹੀਂ ਫਤਿਹਵੀਰ ਸਿੰਘ ਬਚ ਸਕਿਆ? ਸਾਰੀ ਰਾਤ ਜਾਗ ਕੇ ਮੇਰਾ ਦੋਸਤ ਹੈ ਪਿੰਦਰ ਨਿਊਜ਼ੀਲੈਂਡ ਤੋਂ, ਉਹਨੇ ਅਤੇ ਮੈਂ ਕੁਛ ਲਿਖਿਆ, ਕਿਉਂ ਫਤਿਹਵੀਰ ਨਹੀਂ ਬਚ ਸਕਿਆ, ਕੀ ਕਾਰਨ ਸੀਗੇ? ਇਕੱਲੀ ਇਕੱਲੀ ਗੱਲ ਧਿਆਨ ਨਾਲ ਸੁਣੀਓ ਔਰ ਤੁਹਾਨੂੰ ਸੌਣ ਲੱਗੇ, ਜਿਹਨੂੰ ਪਿਆਰ ਕਰਦੇ ਹੋ, ਜਿਹਨੂੰ ਮੰਨਦੇ ਹੋ, ਇਹ ਗੱਲ ਉੱਥੇ ਪਹੁੰਚਾ ਦਿਓ ਜਿੱਥੇ ਇਹ ਪਹੁੰਚਣੀ ਚਾਹੀਦੀ। ਰਿਸ਼ਵਤ ਖੋਰੀ ਵੱਧਦੀ ਜਾਂਦੀ, ਮਰਦੇ ਲੋਕੀ ਨੋਟਾਂ ਤੇ, ਕੰਮ ਕਾਰ ਛੱਡ ਭਾਸ਼ਣ ਸੁਣਦੇ, ਮਾਮੇ ਬਣਦੇ ਵੋਟਾਂ ਦੇ। ਰਿਸ਼ਵਤ ਖੋਰੀ ਵੱਧਦੀ ਜਾਂਦੀ, ਮਰਦੇ ਲੋਕੀ ਨੋਟਾਂ ਤੇ, ਕੰਮ ਕਾਰ ਛੱਡ ਭਾਸ਼ਣ ਸੁਣਦੇ, ਮਾਮੇ ਬਣਦੇ ਵੋਟਾਂ ਦੇ। 5 ਸਾਲ ਲਈ ਸੰਗਲ ਪਾ ਕੇ ਰੈਲੀ ਕੱਟ ਮਹੀਨਾ, ਦੇਸ਼ ਮੇਰੇ ਦਾ ਸਿਸਟਮ ਯਾਰੋ ਦੇਖੋ ਕਿੰਨਾ ਕਮੀਨਾ, ਬੱਚਾ ਕੱਢਣ ਲਈ ਬਾਲਟੀਆਂ ਤੇ, ਵੋਟਾਂ ਲਈ ਮਸ਼ੀਨਾ, ਬੱਚਾ ਕੱਢਣ ਲਈ ਬਾਲਟੀਆਂ ਤੇ, ਵੋਟਾਂ ਲਈ ਮਸ਼ੀਨਾ। ਔਰ ਅਗਰ ਇਹ ਫਤਿਹ ਵੀ ਨਾ ਹੁੰਦਾ, ਕੋਈ ਲੀਡਰ ਦਾ ਮੁੰਡਾ ਗਿਰਿਆ ਹੁੰਦਾ, ਫੇਰ ਕੀ ਹੋਣਾ ਸੀ? ਉਹ ਪੈਸਿਆਂ ਵਾਲਾ ਡਿੱਗਿਆ ਹੁੰਦਾ, ਲੀਡਰਾਂ ਗੇੜੇ ਲਾਉਣੇ ਸੀ, ਆਸੇ ਪਾਸੇ ਗਾਰਡ ਸਿਖਣੇ, ਬਾਹਰੋਂ ਯੰਤਰ ਆਉਣੇ ਸੀ। ਪੈਸਿਆਂ ਵਾਲਾ ਡਿੱਗਿਆ ਹੁੰਦਾ, ਲੀਡਰਾਂ ਗੇੜੇ ਲਾਉਣੇ ਸੀ, ਆਸੇ ਪਾਸੇ ਗਾਰਡ ਸਿਖਣੇ, ਬਾਹਰੋਂ ਯੰਤਰ ਆਉਣੇ ਸੀ। ਗੌਰਮੈਂਟ ਦੇ ਪਾਦਾ ਮਾਤੜ, ਮਾਂ ਦਾ ਡਿੱਗਿਆ ਸੀਨਾ, ਦੇਸ਼ ਮੇਰੇ ਦਾ ਸਿਸਟਮ ਯਾਰੋ ਦੇਖੋ ਕਿੰਨਾ ਕਮੀਨਾ, ਉਹ ਬੱਚਾ ਕੱਢਣ ਲਈ ਬਾਲਟੀਆਂ ਤੇ, ਵੋਟਾਂ ਲਈ ਮਸ਼ੀਨਾ, ਬੱਚਾ ਕੱਢਣ ਲਈ ਬਾਲਟੀਆਂ ਤੇ, ਵੋਟਾਂ ਲਈ ਮਸ਼ੀਨਾ। ਸਰਕਾਰ ਜੀ ਬਤਾ ਦੀਜੀਏ, ਕਿਆ ਇਨ੍ਹੀਂ ਕੋ ਅੱਛੇ ਦਿਨ ਕਹਤੇ ਹੈ? ਅੱਛੇ ਦਿਨ ਦੀ ਵੇਟ ਸੀ ਕਰਦੇ, ਦਿਨ ਆ ਗਏ ਨੇ ਕੈਸੇ, ਜਿਉਂਦੇ ਜਾਗਦੇ ਭੁੱਖੇ ਤੇ, ਬੁੱਤਾਂ ਤੇ ਲੱਗਦੇ ਪੈਸੇ। ਅੱਛੇ ਦਿਨ ਦੀ ਵੇਟ ਸੀ ਕਰਦੇ, ਦਿਨ ਆ ਗਏ ਨੇ ਕੈਸੇ, ਜਿਉਂਦੇ ਜਾਗਦੇ ਭੁੱਖੇ ਤੇ, ਬੁੱਤਾਂ ਤੇ ਲੱਗਦੇ ਪੈਸੇ। ਛੱਡ ਪਿੰਦਰਾ ਕਿਉਂ ਝੋਟਿਆ ਅੱਗੇ, ਫਿਰੇ ਵਜਾਉਂਦਾ ਪੀਨਾ, ਦੇਸ਼ ਮੇਰੇ ਦਾ ਸਿਸਟਮ ਯਾਰੋ ਦੇਖੋ ਕਿੰਨਾ ਕਮੀਨਾ, ਬੱਚਾ ਕੱਢਣ ਲਈ ਬਾਲਟੀਆਂ ਤੇ, ਵੋਟਾਂ ਲਈ ਮਸ਼ੀਨਾ, ਬੱਚਾ ਕੱਢਣ ਲਈ ਬਾਲਟੀਆਂ ਤੇ, ਵੋਟਾਂ ਲਈ ਮਸ਼ੀਨਾ। ਤੁਹਾਨੂੰ ਕਸਮ ਲੱਗੇ, ਜੋ ਮੈਂ ਸੱਚ ਬੋਲਿਆ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਉੱਥੇ ਤੱਕ ਪਹੁੰਚਾਓ, ਲੋਕਾਂ ਦੀਆਂ ਅੱਖਾਂ ਖੋਲੋ ਕੀ ਹੋ ਰਿਹਾ ਹੈ। ਅੱਜ ਮੀਡੀਆ ਵੀ ਚਲੇ ਜਾਏਗੀ, 3-4 ਦਿਨਾਂ ਬਾਅਦ ਇਹ ਗੱਲ ਵੀ ਠੰਡੀ ਪੈ ਜਾਏਗੀ ਔਰ ਇਸ ਗੱਲ ਨੂੰ ਠੰਡਾਉਣਾ ਪੈਂਦੀ। ਜੋ ਮੇਰੀ ਫੀਲਿੰਗ ਹੈ ਉਹ ਤੁਹਾਡੇ ਅੰਦਰ ਵੀ ਹੈ, ਸ਼ੇਅਰ ਕਰੋ ਦੱਬ ਕੇ। ਧੰਨਵਾਦ।